आपे ही करना कियो कल आपे ही ते धारी है देखे कीता अपना तरफ जी पकी सर जो आया सो चल सी साथ जिसके जी परानी है क्यों साहेब मन विसा आपन हती अपना आपे ही काज सवारी Thank you.
ਜੀਵ ਕੋਲੋਂ ਇਸ ਸੰਸਾਰ ਵਿੱਚ ਵਿਚਰਦੇ ਹਾਂ
ਜਾਣੇ ਅਣਜਾਣੇ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ। ਜੀਵ ਦੀਆਂ ਭੁੱਲਾਂ ਨੂੰ ਨਾ ਸੁਧਾਰਦੇ ਹੋਏ ਜੀਵ ਨੂੰ ਸਦੀਵੀ ਕਾਰ ਜੋ ਵੀ ਪ੍ਰਾਣੀ ਇਸ ਫਾਨੀ ਦੁਨੀਆਂ 'ਤੇ ਆਉਂਦਾ ਹੈ ਉਹਨੂੰ ਇੱਕ ਨਾ ਇੱਕ ਦਿਨ ਇਸ ਰੰਗਲੀ ਦੁਨੀਆਂ ਨੂੰ ਛੱਡ ਕੇ ਉਸ ਪਰਮਾਤਮਾ ਪਾਸ ਜਾਣਾ ਹੈ। ਮਗਰੋਂ ਉਸਦੇ ਜਾਣ ਤੋਂ ਬਾਅਦ ਜੋ ਉਸਦੀਆਂ ਯਾਦਾਂ ਹੁੰਦੀਆਂ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ। ਇਹ ਜਿਹੀ ਮਲੇਪੜੇ ਸੁਭਾਅ ਦੇ ਗਰੀਬਾਂ ਦੇ ਮਸੀਹਾ ਸਰਦਾਰ ਜਗਦੀਪ ਸਿੰਘ ਜੀ ਗਰੇਵਾਲ, ਜਿਨ੍ਹਾਂ ਦੀ ਆਪਾਂ ਅੰਤਮ ਅਰਦਾਸ ਵਿੱਚ ਬੈਠੇ ਹਾਂ, ਬਹੁਤ ਵਧੀਆ ਇਨਸਾਨ ਔਰ ਆਪਣੇ ਬੜਿਆ ਪਰਿਵਾਰ ਨੂੰ ਸੈੱਟ ਕੀਤਾ। ਇਹੀ ਹੁੰਦਾ ਇਨਸਾਨ ਦਾ, ਮੈਂ ਕਹਿੰਦਾ ਉਸ ਇਨਸਾਨ ਦਾ ਜੀਵਨ ਸਫਲਾ ਹੋ ਜਾਂਦਾ ਜੋ ਆਪਣੇ ਬੱਚਿਆਂ ਨੂੰ ਸੈੱਟ ਕਰਦਾ। ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੇ ਮਹਾਂਵਾਕ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਗੁਮਾਏ, ਇਕੱਲੇ ਆਵੇ ਨਾਨਕਾ ਸਿੱਧੇ ਉੱਠੀ ਜਾਏ ਦੇ ਅਨੁਸਾਰ ਸਾਡੇ ਸਤਿਕਾਰਯੋਗ ਚਾਚਾ ਜੀ ਇਹ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪਿਛਲੇ ਦਿਨੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਰਾਜੇ ਹਨ ਅਤੇ ਉਹਨਾਂ ਦੀ ਆਤਮਕ ਸ਼ਾਂਤੀ ਲਈ ਆਪਾਂ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ। ਮੌਤ ਦੇ ਵਿਸ਼ੇ 'ਤੇ ਰਾਗੀ ਸਿੰਘਾਂ ਨੇ ਅੱਜ ਦੇ ਸਮੇਂ ਅਨੁਸਾਰ ਸੋਮਵਾਰ ਕੀਰਤਨ ਕਰਕੇ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਜੀਵ ਜੋ ਇਸ ਸੰਸਾਰ 'ਤੇ ਆਇਆ ਉਹਨੇ ਮਿੱਥੇ ਸਮੇਂ ਅਨੁਸਾਰ ਵਾਪਸ ਚਲੇ ਜਾਣਾ। ਜੀ ਗੁਰੂ ਰੂਪ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਅੱਜ ਸਰਦਾਰ ਜਗਦੀਪ ਸਿੰਘ ਗਰੇਵਾਲ ਦੀ ਅੰਤਮ ਅਰਦਾਸ ਉਹਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕੱਤਰ ਹੋਏ ਹਾਂ। ਜੋ ਆਇਆ ਸੋ ਚੱਲ ਸੀ ਸਭ ਭਾਈ ਵਾਰੀ ਆ, ਮਨ ਦਿਖਾਏ ਮੰਡਲ ਮੈਂ ਆਏ। ਜੋ ਵਿਅਕਤੀ ਦੁਨੀਆਂ 'ਤੇ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਜਾਣਾ, ਇੱਕ ਗੁਰਦੁਆਰਾ ਦੱਸੂਗਾ, ਮੌਤ ਤੋਂ ਕੋਈ ਬਚ ਨਹੀਂ ਸਕਦਾ। ਮੌਤ ਕਿਸੇ ਵੀ ਟਾਈਮ ਆ ਸਕਦੀ ਹੈ। ਜਗਦੀਪ ਮੇਰਾ ਛੋਟਾ ਭਰਾ, ਮੇਰੀ ਭੂਆ ਦਾ ਲੜਕਾ, ਹਾਲੇ ਮੈਂ ਦੱਸਾਂਗਾ ਵੀ ਜਾਣ ਵਾਲੀ ਉਮਰ ਹੈ ਨਹੀਂ ਸੀ ਕਿ ਮੈਂ ਉਹਦੇ ਨਾਲ ਦੋ ਦਿਨ ਸਿਰਫ ਵੱਢਾਂ। ਲੇਕਿਨ ਮੌਤ ਕਿਸੇ ਦੀ ਉਡੀਕ ਨਹੀਂ ਕਰਦੀ, ਇਹਦੇ ਕਿਸੇ ਦਾ ਕੰਟਰੋਲ ਨਹੀਂ, ਪਤਾ ਨਹੀਂ ਕਦੋਂ ਆ ਜਾਣੀ ਆ, ਕਿੱਥੇ ਆ ਜਾਣੀ ਆ। ਪਾਲ ਸਿੰਘ ਗਰੇਵਾਲ ਉਹਨਾਂ ਨੇ ਪਰਿਵਾਰ ਬਾਰੇ ਬੜਾ ਕੁਝ ਦੱਸਿਆ, ਉਹ ਵੀ ਪਰਿਵਾਰ ਦੇ ਰਿਸ਼ਤੇਦਾਰ ਨੇ। ਗੁਰਬਾਣੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਅਤੇ ਸਾਂਝੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਭ ਨੂੰ ਪਤਾ ਹੈ ਕਿ ਮੇਰੇ ਪਿਤਾ ਸਰਦਾਰ ਜਗਦੀਪ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਆਪਾਂ ਸਾਰੇ ਇਕੱਠੇ ਹੋਏ। ਜਿਸ ਤਰ੍ਹਾਂ ਪਾਲ ਸਿੰਘ ਜੀ ਗਰੇਵਾਲ, ਜਗਪਾਲ ਸਿੰਘ ਜੀ ਕੰਗੋਗਾ, ਇਹਨਾਂ ਨੇ ਦੱਸਿਆ ਸਾਰੇ ਪਰਿਵਾਰ ਬਾਰੇ, ਕਿਉਂਕਿ ਸਰ ਜਗਦੀਪ ਸਿੰਘ ਜੀ ਦਾ ਸਾਰਿਆਂ ਨਾਲ ਇੰਨਾ ਪਿਆਰ ਸੀ, ਸਾਰਿਆਂ ਨਾਲ ਹੀ ਉਹ ਬਣਾ ਕੇ ਰੱਖਦੇ ਸੀ। ਮੈਂ ਸਮਝਦਾ ਕਿ ਉਹ ਦਰਵੇਸ਼ ਫਕੀਰ ਇਨਸਾਨ ਸੀ ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਨਾ ਘਰ 'ਚ ਨਾ ਕਿਤੇ ਬਾਹਰ ਕਦੇ ਵੀ ਮੱਥੇ 'ਤੇ ਤਿਉੜੀ ਨਹੀਂ ਪਾਈ, ਔਰ ਮੇਰਾ ਖਿਆਲ ਕਿਸੇ ਨੇ ਵੀ ਕਦੇ ਉਹਨਾਂ ਨੂੰ ਗੁੱਸੇ 'ਚ ਬੋਲਦਾ ਨਹੀਂ ਦੇਖਿਆ ਹੋਊਗਾ। ਘਰ 'ਚ ਵੀ ਅਸੀਂ ਜੇ ਕੋਈ ਪਰਿਵਾਰਕ ਗੱਲਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਸੀ
तो उन्होंने सानू बिठा के कहना कि जिस तरह सारे परिवार का जो फैसला वो मेरा फैसला सानू अगे उन्होंने यही समझाया कि आप तो बड़ियां की इज्जत और प्यार करो उन्होंने किसी भी जमीन जायदाद या पैसे ढेलों नाल कदे भी प्यार नहीं होया हमेशा ही वो दूजियां की सेवा ले समाज सेवा ले अनेक समाज सेवावां दे विच उन्होंने वध चढ़ के हिस्सा लिया हमेशा ही सारिआं नूं सिद्धी सेहत दित्ती अपने बच्चे तो अपने बाकियां दे बच्चियां नूं भी अपने बच्चियां नाल बहुत प्यार दित्ता सो अज साडे विच नहीं रहे साडे परिवार वालों मेरे माता जी बीबी सुखबीर कौर गरेवाल जी और मेरे छोटे वीर जीवन ज्योत सिंह गरेवाल और सारे परिवार वालों आईया सारिया राजनीतिक धार्मिक समाजिक जथेबंदियों के आगू साहबान साढ़े परिवार के रिश्तेदार मित्र दोस्त जिन्हों ने अज साडे इस दुख की घड़ी में शामिल होकर सारे ने दुख साझा किया मैं सारिया का ही तह दिलों परिवार वालों धन्यवादी हाँ कि आप सब ने साडे दुख में चाह के साडे दुख में साझा किया आप सारिया का साडे परिवार वालों कोटि कोटि धन्यवाद खिमा का जाचक वाहेगुरु जी का खालसा वाहेगुरु जी की फतह Oh.
ਇਸ ਤਨ ਧਨ ਕੋ ਇਸ ਤਨ ਧਨ ਕੋ Oh,
Yeah.
Thank you.
ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸਿੰਘ ਤੇ ਵੱਧ ਵੱਧ ਕਟਾਏ ਚੜ੍ਹਦੀਆਂ ਦੇ ਚੜੇ ਆਰੇ ਨਾ ਚੜਾਏ ਕੇ ਕੌਪੀਆਂ ਮਾਰੀਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਮੇਸਾ ਸੁਵਾਸਾਂ ਸੰਗ ਨਿਭਾਈ ਇਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਦਾ ਖਾਲਸਾ ਦਾ ਬੋਲੋ ਜੀ ਵਾਹਿਗੁਰੂ ਪੰਜਾਂ ਤੱਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਾ ਖਾਲਸਾ ਦਾ ਬੋਲੋ ਜੀ ਵਾਹਿਗੁਰੂ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਮਤ ਕਰ ਆਖਾ ਅਕਾਲ ਪ੍ਰਤੰਤਰਯਾਮੀ ਪੰਥ ਦੇ ਸਾਹ ਸਹਾਈ ਰਾਜਿਓ ਸ੍ਰੀ ਅਕਾਲ ਸਾਹਿਬ ਦੇ ਹੋਰ ਗੁਰਦੁਆਰੇ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਪੱਲੇ ਚੱਲ ਸ਼ਕਤੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਦੀ ਬਖਸ਼ੋ ਨਿਮਾਣਿਆਂ ਦੇ ਮਾਣ ਕਾਲੇ ਗੁਰੂ ਨਿਤਾਣਿਆਂ ਦੇ ਦਾਨ ਜੋੜਿਆਂ ਦੀ ਉਹ ਸੱਚੀ ਗਰੇਵਾਲ ਸੱਚੇ ਪਾਤਸ਼ਾਹ ਜੀ ਉਸ ਸੰਸਾਰ ਦੀ ਯਾਤਰਾ ਨੂੰ ਸੰਪੂਰਨ ਕਰਦਿਆਂ ਆਪ ਜੀ ਦੇ ਚਰਨਾਂ ਅੰਦਰ ਜਾਪ ਰਾਜੇ ਸੱਚੇ ਪਾਤਸ਼ਾਹ ਤੇ ਪਰਿਵਾਰਾਂ ਵੱਲੋਂ ਉਹਨਾਂ ਦੀ ਆਤਮ ਕਲਿਆਣਤਾ ਵਾਸਤੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਕੇ ਸੱਚੇ ਪਾਤਸ਼ਾਹ ਸੀ ਅੰਤਮ ਅਰਦਾਸ ਦੇ ਅੰਦਰ ਸਰਬੱਤ ਸੰਗਤਾਂ ਆਪ ਦੀ ਹਜ਼ੂਰੀ ਅੰਦਰ ਅਰਦਾਸਾਂ ਬੇਨਤੀ ਕਰਦਿਆਂ ਸੱਚੇ ਪਾਤਸ਼ਾਹ ਜੀ ਉਹ ਸ਼ਬਦ ਚੌਕੀ ਅਨੰਦ ਸਾਹਿਬ ਜੀ ਕੀ ਅਰਦਾਸ ਅੱਖਰਵਾਦ ਕਰ ਭੁੱਲ ਚੁੱਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਬਾਣੀ ਦਾ ਭਾਵ ਸੱਚੇ ਪਾਤਸ਼ਾਹ ਜੀ ਆਤਮਾ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਦਾ ਵਰਸਣਾ ਬੱਚਿਆਂ ਦੇ ਸਿਰਾਂ 'ਤੇ ਮਿਹਰ ਦਾ ਹੱਥ ਰੱਖਣਾ ਸੱਚੇ ਪਾਤਸ਼ਾਹ ਮੁਕਤ ਅੱਗੇ ਦਾਤਾ ਨਾਮ ਬਾਣੀ ਦੀ ਗੁਰੂ ਸਿੱਖੀ ਜੀਵਨ ਬਖਸ਼ਿਸ਼ ਕਰਨੇ ਪਾਈ ਦੁਰਤਾ ਪਾਉਣੀਆਂ ਦੁੱਖਾਂ ਦਾ ਨਾਸ਼ ਕਰਕੇ ਨਾਮ ਅਤੇ ਸੁੱਖ ਦਾ ਪ੍ਰਕਾਸ਼ ਕਰਨਾ ਪਰਿਵਾਰਾਂ ਦੇ ਸਿਰਾਂ 'ਤੇ ਮਿਹਰ ਦਾ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀਵ ਆਤਮਾ ਨੂੰ ਸਦੀਵੀ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਪਰਿਵਾਰਾਂ ਵੱਲੋਂ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਹੁਕਮਨਾਮੇ ਬਖਸ਼ਿਸ਼ ਕਰੋ ਜੀ ਹੁਕਮਨਾਮੇ ਚੱਲਣ ਦੀ ਸਮਰਥਾ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਹਿਰੀ ਕਰਦਾ ਨੀ ਉਪਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਦਿਨ ਭਿੰਨ ਤਰ ਮੂਲ ਬੁਲਾਏ ਅਮਰੋ ਕਰਤਾ ਰਾਮ ਸੁਨੇਹੀ ਕਾਹੇ ਰੇ ਨਾ ਗਪ ਕਰਤ ਹੋ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਪੰਜਵਾ ਘਰ ਬਹਰਵਾਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਪੇੜੇ
जम जंदार ना आवै नेड़े, प्रिसना अगन प्रभ आप बुझाई, नानक उतरे प्रभ सरनाई। कृष्णा अगन प्रभ आप बुझाई, नानक उतरे प्रभ सरनाई। वाहेगुरु जी का खालसा, वाहेगुरु जी। जिहा चिरी लिखिया ਇਹ ਹੁਕਮ ਕੁਮਾਏ, ਘੱਲੈ ਆਵੈ ਨਾਨਕਾ ਸਦੈ ਉੱਠ ਜਾ। ਅੱਜ ਆਪਾਂ ਸਾਹਿਬ ਜਗਜੀਤ ਸਿੰਘ ਗਰੇਵਾਲ, ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕਰਕੇ ਗੁਰੂ ਮਹਾਰਾਜ ਦੀ ਜਿਹਨੂੰ ਬੇਨਤੀਆਂ ਕੀਤੀਆਂ ਹਨ, ਇਹ ਸੱਚੇ ਪਾਤਸ਼ਾਹ ਜੀਵ ਕੋਲੋਂ ਇਸ ਸੰਸਾਰ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ। ਜੀਵ ਦੀਆਂ ਭੁੱਲਾਂ ਨੂੰ ਨਾ ਸੁਧਾਰਦੇ ਹੋਏ ਜੀਵ ਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ ਵਸਿਆ ਬਖਸ਼ਣਾ ਅਤੇ ਪਿੱਛੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਫਲ ਬਖਸ਼ੇ। ਸੋ ਇਤਨੀਆਂ ਬੇਨਤੀਆਂ ਹਨ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਸਰ ਅਵਤਾਰ ਸਿੰਘ ਗਿੱਲ, ਸਾਬਕਾ ਸਰਪੰਚ ਮੰਗਲੀਨੀ ਜੀ, ਜੋ ਸਟੇਜ ਤੋਂ ਆਪਣੋਂ ਬਾਕੀ ਪ੍ਰੋਗਰਾਮ ਬਾਰੇ ਦੱਸਣਗੇ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਮੁੱਖ ਸੇਵਾਦਾਰ ਭਾਈ ਸਭਾਈ ਗੁਰਦੇਵ ਸਿੰਘ ਜੀ ਨੂੰ, ਜੋ ਸਾਹ ਜਗਮੀਤ ਜਗਦੀਪ ਸਿੰਘ ਗਰੇਵਾਲ ਉਹਨਾਂ ਦੇ ਵੱਡੇ ਬੇਟੇ ਹਨ, ਸਾਹ ਮਨਜੋਤ ਸਿੰਘ ਉਹਨਾਂ ਨੂੰ ਰਵਾਇਤ ਅਨੁਸਾਰ ਗੁਰੂ ਘਰ ਵੱਲੋਂ ਬਖਸ਼ੀ ਦਸਤਾਰ ਦੇਣੀ ਹੈ, ਦਸਤਾਰ ਦੇਣਗੇ ਸਾਹ ਗੁਰਦੇਵ ਸਿੰਘ ਜੀ। ਉਸ ਤੋਂ ਬੋਲੇ ਸੋਨਿਆ ਆਓ ਜੀ। ਅੰਤਮ ਅਰਦਾਸ ਵਿੱਚ ਜੋ ਬੈਠੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਜੋ ਵੀ ਪ੍ਰਾਣੀ ਇਸ ਫਾਨੀ ਦੁਨੀਆਂ 'ਤੇ ਆਉਂਦਾ, ਉਹਨੂੰ ਇੱਕ ਨਾ ਇੱਕ ਦਿਨ ਇਸ ਰੰਗਲੀ ਦੁਨੀਆਂ ਨੂੰ ਛੱਡ ਕੇ ਉਸ ਪਰਮਾਤਮਾ ਪਾਸ ਜਾਣਾ ਹੈ। ਮਗਰੋਂ ਉਸਦੇ ਜਾਣ ਤੋਂ ਬਾਅਦ ਜੋ ਉਸਦੀਆਂ ਯਾਦਾਂ ਹੁੰਦੀਆਂ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ। ਇਹ ਜਿਹੀ ਮਲੇਪੜੇ ਸੁਭਾਅ ਦੇ ਗਰੀਬਾਂ ਦੇ ਮਸੀਹਾ ਸਰਦਾਰ ਜਗਦੀਪ ਸਿੰਘ ਜੀ ਗਰੇਵਾਲ, ਜਿਨ੍ਹਾਂ ਦੀ ਆਪਾਂ ਅੰਤਮ ਅਰਦਾਸ ਵਿੱਚ ਬੈਠੇ ਹਾਂ, ਬਹੁਤ ਵਧੀਆ ਇਨਸਾਨ ਔਰ ਆਪਣੇ ਬੜਿਆ ਪਰਿਵਾਰ ਨੂੰ ਸੈੱਟ ਕੀਤਾ। ਇਹੀ ਹੁੰਦਾ ਇਨਸਾਨ ਦਾ, ਮੈਂ ਕਹਿੰਦਾ ਉਸ ਇਨਸਾਨ ਦਾ ਜੀਵਨ ਸਫਲਾ ਹੋ ਜਾਂਦਾ ਜੋ ਆਪਣੇ ਬੱਚਿਆਂ ਨੂੰ ਸੈੱਟ ਕਰ ਜਾਂਦਾ। ਸਾਡੇ ਸਮਾਜ ਵਿੱਚ ਮਾਂ ਦਾ ਰੁਤਬਾ, ਪਿਤਾ ਦਾ ਰੁਤਬਾ, ਪਿਤਾ ਦੇ ਰੁਤਬੇ ਦੀ ਡੈਫੀਨੇਸ਼ਨ ਪਰਿਭਾਸ਼ਾ, ਪਿਤਾ ਦੀ ਕੀ ਪਰਿਭਾਸ਼ਾ ਹੈ? ਪਿਤਾ ਇੱਕ ਮੁਸਤਕਰ ਆਸਰਾ ਤਸੱਲੀ ਦਾ ਨਾਮ ਪਿਤਾ ਹੈ। ਪਿਤਾ ਦਾ ਪਿਆਰ ਉਹ ਪਰਬਤਾਂ ਤੋਂ ਵੀ ਉੱਚਾ ਔਰ ਮਾਂ ਦਾ ਪਿਆਰ ਉਹ ਸਮੁੰਦਰ ਦੀ ਡੂੰਘਾਈ ਤੋਂ ਵੀ ਜ਼ਿਆਦਾ। ਅਸੀਂ ਪਿਤਾ ਨੂੰ ਸਭ ਤੋਂ ਵੱਧ ਖੁਸ਼ੀ ਕਦੋਂ ਹੁੰਦੀ ਹੈ? ਪਿਤਾ ਨੂੰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਸਦੇ ਪੁੱਤਰ ਕੰਮ ਕਰ ਲਾ। ਮੈਂ ਬਹੁਤਾ ਸਮਾਂ ਨਾ ਲਵਾਂ, ਮੈਂ ਮੇਰੇ ਕੋਲ ਬੁਲਾਰੇ ਕਾਫੀ ਨੇ, ਮੈਂ ਉਹਨਾਂ ਨੂੰ ਥੋੜ੍ਹਿਆਂ ਨੂੰ ਟਾਈਮ ਦਊਂਗਾ ਅਤੇ ਬਾਕੀਆਂ ਦੇ ਨਾਂ ਬੋਲਾਂ। ਮੈਂ ਬੇਨਤੀ ਕਰਾਂ ਕਿ ਜੋ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂ, ਸਰਦਾਰ ਪਾਲ ਸਿੰਘ ਗਰੇਵਾਲ ਸੀਨੀਅਰ ਕੌਂਸਲਰ ਕਾਂਗਰਸੀ, ਉਹ ਆ ਕੇ ਸਰਦਾਰ ਜਗਦੀਪ ਸਿੰਘ ਜੀ ਨੂੰ
ਸ਼ਰਧਾ ਦੇ ਫੁੱਲ ਭੇਟ ਕਰ ਸਰਦਾਰ ਪਾਲ ਸਿੰਘ ਗੜਵਾਲ। ਦਸਾਂ ਗੁਰੂਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਡੇ ਸਤਿਕਾਰਯੋਗ ਚਾਚਾ ਜੀ ਸਰਦਾਰ ਜਗਜੀਤ ਜਗਦੀਪ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੇ ਮਹਾਂਵਾਕ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਗੁਮਾਏ, ਇਕੱਲੇ ਵਾਲੇ ਨਾਨਕਾ ਸੱਦੇ ਉੱਠੀ ਜਾਏ ਦੇ ਅਨੁਸਾਰ ਸਾਡੇ ਸਤਿਕਾਰਯੋਗ ਚਾਚਾ ਜੀ ਇਹ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪਿਛਲੇ ਦਿਨੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਵਰਾਜੇ ਹਨ ਅਤੇ ਉਹਨਾਂ ਦੀ ਆਤਮਕ ਸ਼ਾਂਤੀ ਲਈ ਆਪਾਂ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ। ਮੌਤ ਦੇ ਵਿਸ਼ੇ 'ਤੇ ਰਾਗੀ ਸਿੰਘਾਂ ਨੇ ਅੱਜ ਦੇ ਸਮੇਂ ਅਨੁਸਾਰ ਸੋਮਵਾਰ ਕੀਰਤਨ ਕਰਕੇ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਜੀਵ ਜੋ ਇਸ ਸੰਸਾਰ 'ਤੇ ਆਇਆ ਉਹਨੇ ਲਿਖੇ ਸਮੇਂ ਅਨੁਸਾਰ ਵਾਪਸ ਚਲੇ ਜਾਣਾ। ਸਰਦਾਰ ਜਗਦੀਪ ਸਿੰਘ ਜਿਹੜੇ ਕਿ ਸ਼ਰੀਕੇ ਵਿੱਚੋਂ ਮੇਰੇ ਚਾਚਾ ਜੀ, ਬਾਅਦ ਵਿੱਚ ਰਿਸ਼ਤੇਦਾਰੀ ਪਈ ਤਾਂ ਸ਼੍ਰੀਮਤੀ ਪ੍ਰੀਤਮ ਕੌਰ ਉਹਨਾਂ ਦੇ ਵੱਡੇ ਭਾਬੀ ਜੀ ਬਣੇ। ਦਾਸ ਨੂੰ ਮੌਕਾ ਮਿਲਿਆ ਪਰਿਵਾਰ ਦੇ ਹੋਰ ਨਜ਼ਦੀਕ ਹੋਣ ਦਾ। ਸਰਦਾਰ ਗੁਰਚਰਨ ਸਿੰਘ ਗਰੇਵਾਲੇ ਸਨ। ਸਰਦਾਰ ਗੁਰਚਰਨ ਸਿੰਘ ਗਰੇਵਾਲ ਕਈ ਸੱਜਣ ਵਿੱਚ ਬੈਠੇ ਹੋਏ ਨੇ, ਉਹਨਾਂ ਨੇ ਉਸ ਸ਼ਖਸੀਅਤ ਨੂੰ ਦੇਖਿਆ। ਉਹਨਾਂ ਦਾ ਤਿਆਰ ਹੋਣਾ, ਉਹਨਾਂ ਦਾ ਤੁਰ ਕੇ ਜਾਣਾ ਜਾਂ ਉਹਨਾਂ ਦਾ ਪਰਹੇਜ਼ ਬੈਠਣਾ, ਇਹ ਦਰਸਾਉਂਦਾ ਸੀ ਕਿ ਉਹ ਇੱਕ ਬਹੁਤ ਹੀ ਉੱਚੇ ਘਰਾਣੇ ਦੇ ਔਰ ਹਰ ਤਰ੍ਹਾਂ ਦੀ ਸਮਝ ਰੱਖਣ ਵਾਲੇ ਇਨਸਾਨ ਸਨ। ਪੈਟਰੋਲ ਪੰਪ ਤੋਂ ਇਸਲਾਮਗੰਜ ਤੱਕ ਜਾਣਾ ਇੱਕੋ ਹੀ ਸਪੀਡ ਨਾਲ ਔਰ ਆਪਣੇ ਕੱਪੜਿਆਂ ਦੇ ਵਿੱਚ ਮੇਰਾ ਖਿਆਲ ਕਰੇ ਨਾ ਤਾਂ ਵਲ ਅਤੇ ਨਾ ਹੀ ਕਦੇ ਉਹਨਾਂ ਨੇ ਦਾਗ ਪੈਣ ਦਿੱਤਾ। ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਪਰਿਵਾਰ ਨੂੰ ਸੰਭਾਲਿਆ, ਚਾਚਾ ਜੀ ਜਗਦੀਪ ਚਾਰੋਂ ਭਰਾ ਚਾਰੋਂ ਭੈਣਾਂ, ਅੱਜ ਸੁਣ ਕੇ ਬੜਾ ਅਜੀਬ ਲੱਗਦਾ ਹੋਏਗਾ ਅੱਜ ਦੀ ਪੀੜ੍ਹੀ ਨੂੰ, ਸਾਰੇ ਹੀ ਬੱਚਿਆਂ ਨੇ ਇਕੱਠੇ ਰਹਿਣਾ, ਸਾਰਿਆਂ ਦੇ ਹੀ ਬੱਚਿਆਂ ਨੇ ਉਹਨਾਂ ਹੀ ਸਕੂਲਾਂ 'ਚ ਜਾਣਾ, ਉਹਨਾਂ ਹੀ ਕਾਲਜਾਂ 'ਚ ਜਾਣਾ। ਔਰ ਉਸ ਤੋਂ ਵੀ ਵੱਡੀ ਗੱਲ, ਇਹ ਸਭ ਭਾਸ਼ਾ ਦੀ ਜ਼ਿੰਮੇਵਾਰੀ ਸਾਡੇ ਬਾਬਾ ਜੀ ਸਾਹਿਬ ਗੁਰਚਰਨ ਸਿੰਘ ਜੀ। ਬਿਜ਼ਨਸ ਵੱਲ ਧਿਆਨ ਦਿੱਤਾ, ਚੰਡੀਗੜ੍ਹ ਰੋਡ 'ਤੇ ਸਭ ਤੋਂ ਪਹਿਲਾਂ ਪੈਟਰੋਲ ਪੰਪ ਗੁਰਚਰਨ ਸਿੰਘ ਗਰੇਵਾਲੇ ਇਨਸੰਸ ਸਥਾਪਿਤ। ਬਹੁਤ ਵੱਡੀ ਜਾਇਦਾਦ ਦੇ ਮਾਲਕ ਸਨ, ਲੇਕਿਨ ਉਹਨਾਂ ਨੂੰ ਕਮਾਨ ਕੁਛ ਨਹੀਂ ਸੀ। ਆਮ ਲੋਕਾਂ ਵਿੱਚ ਆਮ ਦੀ ਤਰ੍ਹਾਂ ਹੀ ਵਰਤਦੇ ਸਨ। ਐਡਾ ਵੱਡਾ ਪਰਿਵਾਰ ਔਰ ਆਪਸ ਵਿੱਚ ਪਿਆਰ ਕਿਤੇ ਕਿਤੇ ਹੀ ਦੇਖਣ ਨੂੰ ਮਿਲਦਾ। ਉਹ ਇਸਲਾਮਗੰਜ ਵਾਲਾ ਘਰ ਮੈਨੂੰ ਯਾਦ ਹੈ ਕਿਸ ਤਰੀਕੇ ਨਾਲ ਵਿਹੜੇ 'ਚ ਇਕੱਠੇ ਬੈਠਣਾ, ਕੋਈ ਬੱਚਿਆਂ 'ਚ ਫਰਕ ਨਾ ਆਉਣਾ, ਅੱਜ ਵੀ ਯਾਦ ਆਉਂਦਾ।
लेकिन समा समा अपने अनुसार चलता है। अज भी बाबा जी ने उस परिवार का सारे ही उन्होंने पुत्रां ने आपो अपनी जगह आपो अपनी कोठियां बना के उसे उन्होंने सेहत स्थिति मुताबक ही सारे ही वधिया जीवन बसर कर रहे हैं। सारिया ही भैणां का परिवार सारे ही उन्होंने भाइयों का परिवार इस परिवार को सेहत लैके मैं अज बड़े माण नाल कह सकता कि मैं भी पेट्रोल पंप उन्हां दी नसीब और उन्हां दी गाइडेंस नाल ही लाया सी। मैं तो रिश्तेदार सी लेकिन परिवार का सुभा हर एक नाल ही चाहे कोई राहगीर होता सी उसनू भी सब वधिया सुझाव दिंदे सी। सो चाचा जी जगदीप जो कि उम्र विच मेरे नाल थोड़े वड्डे सन उन्हां नाल हर तरह का मजाक हर तरीके नाल उन्हां नाल गलबात सांझी करी दी सी। जिथे रिश्तेदारी सी उत्थे यारां दोस्तां नाल वी रहिंदा सी और सारे परिवार का जे अज सुभा की गल करिए बहुत ही वधिया। अंत विच फिर मैं उस परमात्मा अगे अरदास करदा कि परमात्मा उन्हां दी आत्मा नूं अपने चरणां च निवास दे ते पिछे परिवार नूं भाणा मन्नण दा फल बख्शे। चाचा जी दे सपुत्र वड्डे लाली जो कि नीलों के लागे एक डेरे की जो मुख्य सेवादार ने यह भी उन्होंने कोई सौंपा गया काम निभा रहे हैं। अंत में फिर मैं उस परमात्मा अगे अरदास करता हुआ फतेह अर्ज करता वाहेगुरू जी का खालसा श्री वाहेगुरू जी की फतेह। सरदार पाल सिंह गरवाल सीनियर काउंसलर गरवाल नगर लुधियाना जिन्होंने सरदार जगदीप सिंह जी होना के परिवार बारे बड़ा ही विस्तारपूर्वक दसिया क्योंकि ये भी परिवार इन्होंने बड़े क्लोज रहा और रिश्तेदारी भी पई इस करके इन्होंने बड़ा विस्तारपूर्वक जगदीप सिंह के परिवार बारे दसा। मैं हम बेनती करा कि सीनियर कांग्रेसी लीडर सरदार जगपाल सिंह जी घंगूरा वो भी परिवार के नजदीकी रिश्तेदार ने वो भी आके सरदार जगदीप सिंह गरेवाल को श्रद्धा के फुल भेंट कर सरदार जगपाल सिंह जी को बुला सी। गुरु रूप साध संगत वाहगुरू जी का खालसा वाहगुरू जी की फतेह। आप सारे अज सरदार जगदीप सिंह गरेवाल की अंतम अरदास श्रद्धा के फुल भेंट करने कत्तर होने जो आया सो कल सी सब भाई वारी है मन लिखाए मंडल में आए जो व्यक्ति दुनिया से आता और एक ना एक दिन जाना एक गुरद्वारा बसूंगा मौत तो कोई बच नहीं सकता मौत किसी भी टाइम आ सकती है। जगदीप मेरा छोटा भरा मेरी भूआ का लड़का हले मैं तो समझा भी जाने वाली उम्र है नहीं सी कि मैं वो दो दिन थोड़ा बढ़ा लेकिन मौत किसी की उड़ीक नहीं करती ये किसी का कंट्रोल नहीं पता नहीं कदों आ जानी है कितने आ जानी है। पाल सिंह गरेवाल उन्होंने परिवार बारे बड़ा कुछ दसिया वो भी परिवार के रिश्तेदार ने मेरी बुआ इस घर आ सो परिवार बारे मैं भी थोड़ा बहुत जानना पाना चाहना जो असं छोटे छोटे होंगे सी ये परिवार महमा सिंह वाले रहा सरदार गुरजर सिंह साढ़े बुपड़ जी का जिस तरह पाल सिंह उन्होंने दसिया बड़ा तप सी बड़ी ठाक सी बड़ी जान सी जो साढ़े को लड़ाले जाते होंगे
ਦਿੱਲੀ ਕੋਲ ਸਾਰਾ ਪਿੰਡ ਉਹਨਾਂ ਨੂੰ ਵੇਖਣ ਆਉਂਦਾ ਸੀ। ਫਿਰ ਲੁਧਿਆਣੇ ਆ ਗਏ, ਪਰਿਵਾਰ ਵੱਡਾ ਸੀ, ਲੇਕਿਨ ਫਿਰ ਸਾਡੇ ਵਰਗੇ ਵੀ, ਸਾਡਾ ਪਰਿਵਾਰ ਵੀ ਪਿੰਡ 'ਚ ਵੱਡਾ ਸੀ, ਸਾਡੇ ਅਸੀਂ ਵੀ ਆਏ ਰਹਿੰਦੇ ਸੀ, ਲੇਕਿਨ ਭੂਆ ਨੇ ਕਦੇ ਮਰ 'ਤੇ ਤਿਉੜੀ ਨਹੀਂ ਪਾਈ। ਬੜੇ ਪਿਆਰ ਨਾਲ ਸਭ ਨੂੰ ਸਾਂਭਦੀ ਸੀ, ਸਭ ਨੂੰ ਪਿਆਰ ਦਿੰਦੀ ਸੀ। ਪਰਿਵਾਰ ਨੇ ਜਿੱਥੇ ਹੋਰ ਪਰਦਾ ਦੀ ਤਰੱਕੀ ਕੀਤੀ ਆ, ਉੱਥੇ ਇਹਨਾਂ ਨੇ ਕਈਆਂ ਖੇਤਰਾਂ 'ਚ ਆਪਣੀ ਜਾਣ ਪਛਾਣ ਕਾਇਮ ਕੀਤੀ ਹੈ। ਪਰਿਵਾਰ ਨੂੰ ਫੁੱਫੜ ਜੀ ਉਹਨਾਂ ਨੇ, ਭੂਆ ਜੀ ਨੇ ਵਧੀਆ ਸੇਧ ਦਿੱਤੀ, ਪਰਿਵਾਰ ਨੂੰ ਸਮਾਜ ਦੇ ਵਿੱਚ ਵਿਚਰਨਾ ਸਿਖਾਇਆ, ਪਰਿਵਾਰ ਸਮਾਜ ਸੇਵੀ ਬਣਿਆ। ਪਰਿਵਾਰ ਨੇ ਵੱਡੇ ਵੱਡੇ ਵਕੀਲ ਪੈਦਾ ਕੀਤੇ, ਪਰਿਵਾਰ ਨੇ ਵੱਡੇ ਡਾਕਟਰ ਪੈਦਾ ਕੀਤੇ, ਪਰਿਵਾਰ ਨੇ ਪੋਲੀਟੀਸ਼ੀਅਨ ਪੈਦਾ ਕੀਤੇ। ਸੋ ਅੱਜ ਸਾਰਾ ਪਰਿਵਾਰ ਸੁਖੀ ਆ। ਇਹ ਸਾਡੀ ਉਸ ਭੂਆ ਦੀ ਅਤੇ ਸਾਡੇ ਫੁੱਫੜ ਜੀ ਦੀ ਦੇਣ ਆ ਪਰਿਵਾਰ ਨੂੰ। ਪਰਿਵਾਰ ਬੇਸ਼ੱਕ ਵੱਡਾ ਪਰਿਵਾਰ ਆ, ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਬਾਹਰ ਸਿੰਘ ਉਹਨਾਂ ਨੇ ਕਿਹਾ, ਯੂਨਿਟੀ ਬਹੁਤ ਆ, ਦਿਮਾਗ ਬਹੁਤ। ਐਡੇ ਵੱਡੇ ਪਰਿਵਾਰ ਦਾ ਇਕੱਠੇ ਰਹਿਣਾ ਮੈਂ ਵੀ ਸਮਝਦਾ ਇੱਕ ਮਿਸਾਲ ਆ। ਸੋ ਪਰਿਵਾਰ ਵਧੀਆ ਪਰਿਵਾਰ ਆ, ਜਾਣਿਆ ਪਛਾਣਿਆ ਪਰਿਵਾਰ ਆ। ਜਗਦੀਪ ਚਲਿਆ ਗਿਆ ਅਤੇ ਪਿੱਛੇ ਵਧੀਆ ਉਹਦਾ ਪਰਿਵਾਰ ਛੱਡ ਕੇ ਗਿਆ, ਠੀਕ ਆ। ਸਾਡੀ ਛੋਟੀ ਭੈਣ ਸੁਖਬੀਰ ਲਈ ਥੋੜ੍ਹਾ ਸਫ਼ਰ ਔਖਾ, ਲੇਕਿਨ ਜਿਹਦੀ ਔਲਾਦ ਚੰਗੀ ਹੋਵੇ, ਬੱਚੇ ਚੰਗੇ ਹੋਣ, ਉਹਨੂੰ ਕੋਈ ਉਹ ਸਫ਼ਰ ਔਖਾ ਨਹੀਂ ਲੱਗਦਾ, ਉਹਦਾ ਸਹਾਰਾ ਬਣਗੇ। ਲੇਕਿਨ ਪਤੀ ਵਰਗਾ ਪਰਿਵਾਰ ਨਹੀਂ, ਪਿਆਰ ਨਹੀਂ ਮਿਲ ਸਕਦਾ। ਲੇਕਿਨ ਫਿਰ ਵੀ ਉਹ ਲਾਇਕ ਬੱਚੇ ਨੇ, ਲਾਇਕ ਰਿਸ਼ਤੇਦਾਰ ਨੇ, ਸਾਰੇ ਸਾਰੇ ਉਹਨਾਂ ਦਾ ਧਿਆਨ ਰੱਖਣਗੇ। ਸੋ ਮੈਂ ਆਪਦੇ ਵੱਲੋਂ, ਪਰਿਵਾਰ ਵੱਲੋਂ ਉਹ ਸਾਡੇ ਛੋਟੇ ਭਾਈ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਹੇ ਸੱਚੇ ਪਾਤਸ਼ਾਹ ਉਹਦੀ ਰੂਹ ਨੂੰ ਸ਼ਾਂਤੀ ਦੇਈ, ਪਰਿਵਾਰ ਨੂੰ ਵਿਛੋੜਾ ਸਹਿਣ ਦੀ ਤਾਕਤ ਦੇਈ, ਪਰਿਵਾਰ ਹੋਰ ਵਧੇ ਫੁੱਲੇ ਤਰੱਕੀ ਕਰੇ। ਤੋ ਇਹਨਾਂ ਕਹਿੰਦਾ ਕਿ ਮਦਦ ਜਾਵੇ ਤਾਂ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਰਦਾਰ ਜਗਪਾਲ ਸਿੰਘ ਜੀ ਘੁੰਗੜਾ, ਜਿਨ੍ਹਾਂ ਨੇ ਸਰਦਾਰ ਜਗਦੀਪ ਸਿੰਘ ਜੀ ਹੁਣਾਂ ਨੇ ਸ਼ਰਧਾ ਦੇ ਫੁੱਲ ਭੇਟ। ਸਾਡੇ ਕੋਲ ਬਹੁਤ ਪੋਲੀਟੀਕਲ ਲੀਡਰ ਜੋ ਪਰਿਵਾਰ ਨਾਲ ਦੁੱਖ ਵੰਡਾ ਕੇ ਚਲੇ ਗਏ ਨੇ ਜਾਂ ਇੱਥੇ ਨੇ, ਅਸੀਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ। ਉਹਨਾਂ ਵਿੱਚ ਸਰਦਾਰ ਅਮਰੀਕ ਸਿੰਘ ਜੀ ਢਿੱਲੋਂ, MLA ਸਮਰਾਲਾ, ਸਰਦਾਰ ਬਲਵਿੰਦਰ ਸਿੰਘ ਜੀ ਬੈਂਸ, MLA ਲੁਧਿਆਣਾ ਦੱਖਣੀ, ਸਰਦਾਰ ਗਗਨਦੀਪ ਸਿੰਘ ADC ਰੋਪੜ, ਸਰਦਾਰ ਜਸਦੇਵ ਸਿੰਘ ਜੀ ਸੰਧੂ ADCP ਲੁਧਿਆਣਾ, ਸਰਦਾਰ ਹਰਪਾਲ ਸਿੰਘ ਜੀ ਪੰਜੇਟਾ ਨਾਇਬ ਤਹਿਸੀਲਦਾਰ, ਇਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ। ਪਰਿਵਾਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਮੈਂ ਹੁਣ ਬੇਨਤੀ ਕਰਾਂ ਕਿ ਮਨਜੋਤ ਸਿੰਘ ਜੀ, ਬਾਬਾ ਜੀ ਮਨਜੋਤ ਸਿੰਘ ਜੀ ਜੋ ਕਿ ਸਰਦਾਰ ਜਗਦੀਪ ਸਿੰਘ ਜੀ ਦੇ ਵੱਡੇ ਬੇਟੇ ਨੇ, ਉਹ ਆ ਕੇ ਆਈਆਂ ਸੰਗਤਾਂ ਦਾ ਧੰਨਵਾਦ ਕਰਨ। ਸਰਦਾਰ ਮਨਜੋਤ ਸਿੰਘ ਜੀ, ਦਸਾਂ ਗੁਰੂਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਅਤੇ ਸਾਂਝੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਭ ਨੂੰ ਪਤਾ ਹੈ ਕਿ ਮੇਰੇ ਪਿਤਾ ਸਰਦਾਰ ਜਗਦੀਪ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਆਪਾਂ ਸਾਰੇ ਇਕੱਠੇ ਹੋਏ। ਜਿਸ ਤਰ੍ਹਾਂ ਪਾਲ ਸਿੰਘ ਜੀ ਗੜੇਵਾਲ, ਜਗਪਾਲ ਸਿੰਘ ਜੀ ਘੰਗੋੜਾ, ਇਹਨਾਂ ਨੇ ਦੱਸਿਆ ਸਾਰੇ ਪਰਿਵਾਰ ਬਾਰੇ, ਕਿਉਂਕਿ ਸਰ ਜਗਦੀਪ ਸਿੰਘ ਜੀ ਦਾ ਸਾਰਿਆਂ ਨਾਲ ਇੰਨਾ ਪਿਆਰ ਸੀ, ਸਾਰਿਆਂ ਨਾਲ ਹੀ ਉਹ ਬਣਾ ਕੇ ਰੱਖਦੇ ਸੀ। ਮੈਂ ਸਮਝਦਾ ਕਿ ਉਹ ਦਰਵੇਸ਼ ਫਕੀਰ ਇਨਸਾਨ ਸੀ, ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਨਾ ਘਰ 'ਚ ਨਾ ਕਿਤੇ ਬਾਹਰ ਕਦੇ ਵੀ ਮੱਥੇ 'ਤੇ ਤਿਉੜੀ ਨਹੀਂ ਪਾਈ, ਔਰ ਮੇਰਾ ਖਿਆਲ ਕਿਸੇ ਨੇ ਵੀ ਕਦੇ ਉਹਨਾਂ ਨੂੰ ਗੁੱਸੇ 'ਚ ਬੋਲਦਾ ਨਹੀਂ ਦੇਖਿਆ ਹੋਊਗਾ। ਘਰ 'ਚ ਵੀ ਅਸੀਂ ਜੇ ਕੋਈ ਪਰਿਵਾਰਕ ਗੱਲਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਸੀ
तो उन्होंने सानू बैठा के कहना कि जिस तरह सारे परिवार का जो फैसला वो मेरा फैसला सानू अगे उन्होंने यही समझाया कि आप तो बड़ियां की इज्जत और प्यार करो। उन्होंने किसी भी जमीन जायदाद या पैसे ढेलों नाल कदे भी प्यार नहीं होया, हमेशा ही वो दूजियां की सेवा लई समाज सेवा लई अनेक समाज सेवावां दे विच उन्होंने बढ़ चढ़ के हिस्सा लिया। हमेशा ही सारिआं नूं सिद्धी सेहत दित्ती, अपने बच्चे तो अपने बाकियां दे बच्चियां नूं भी अपने बच्चियां नालों बहुत प्यार दित्ता। पर जो मालक दी जो परमात्मा दी मंजूरी है वो इन्नी क सी, हजे बिल्कुल नहीं लगता सी कि इस तरह चले जाएंगे। और मैं पहले इंसान ऐसे देखे हैं जिन्हें अंत समय भी साढ़े दोनों भरावों का हाथ फड़ के हसते हुए गए इस दुनिया तो। जिस उन्होंने पूछा करते कि तकलीफ या कुछ वो हस के सानू दिखा देंगे, कदे उन्होंने अपना दुख नहीं दसिया, कदे भी उन्होंने अपने दुख के लिए सानू नहीं किया। पर बाकी सारिया के दुख में सब तो पहला शरीक होंगे। और परमात्मा ने सत्य पातशाह ने बहुत वधिया जिहड़ी उन्हां दी अंतिम समा जिहड़ा कि वो खुश हो के हसते खेडदे सारे परिवार दे विच इस दुनिया तो चले गए। इंसान जान तो बाद ताही याद रखा जाता है जे चंगे काम किए हो, नहीं तो अज आप वेखते हैं कि दूसरे दिन भी कोई याद नहीं करना। पर उन्होंने काम उन्होंने सेवा उन्होंने प्यार रही दुनिया तक, क्योंकि वो एक ट्रस्ट बना के गए थे। साड़ी गुरुद्वारा साहब का भी गुरु अर्जन देव महाराज सिंह सभा गुरुद्वारा साहब का उत्थे दे भी ट्रस्टी सी, एक ख्वाजा गरीब नवाज सोशल वेलफेयर ट्रस्ट उसके भी सर ट्रस्ट सी। ट्रस्ट के दौरान अनेक ही बच्चियां दीयां शादियां, अनेक ही बच्चियां नूं अनाथ बच्चियां नूं पढ़ाई, हर तरह की सेवा उन्होंने सानू किया। चाहे वह इंसान चाहे जानवर कोई भी बेसहारा उसकी सेवा करने वास्ते सानू प्रेरित किया। और हमेशा अगे बढ़ के हर जगह वो अपनी सेवा निभाते। सो अज साडे विच नहीं रहे, साडे परिवार वालों मेरे माता जी बीबी सुखबीर कौर गरेवाल जी और मेरे छोटे वीर जीवन जोत सिंह गरेवाल और सारे परिवार वालों, आईया सारिया राजनीतिक धार्मिक समाजिक जथेबंदियों के आगू साहबान, साडे परिवार के रिश्तेदार मित्र दोस्त जिन्होंने अज साडे इस दुख की घड़ी में शामिल होकर सारे ने दुख साझा किया। मैं सारिया का तह दिलों परिवार वालों धन्यवादी हाँ कि आप सब ने साडे दुख में आ के साडे दुख में साझा किया। आप सारिया का साडे परिवार वालों कोटि कोटि धन्यवाद। खिमा का दाचक वाहेगुरू जी का खालसा वाहेगुरू जी की फतह। देखना लैन तो उपरान चाह के लंगर भी तैयार ने, एक गुरु का लंगर भी तैयार है जिस मेरे वीर भाई ने गुरु का लंगर नहीं छकिया वो छक के जान की कृपालता कर। इन बेनती परिवार का वाहेगुरू जी का खालसा वाहेगुरू जी की फतह।